वाहिगुरु जी का खालसा वाहिगुरु जी की फतेह। इकबानी चैनल वेखण वाले सारे दर्शकों का मैं रमनदीप कौर निघा स्वागत कर दिया। कैप्शन दे विच जिवें मैं लिखा होया कि सेवा किथे है, साडी गुरद्वारा साहिब दे विच या जिथे सानू लगदा हुंदा है कि संगत बहुत श्रद्धा ते भावना दे नाल पहुंचदी हुंदी सी, अज दी जेकर गल करिए तुसी भी कमेंट्स दे राही आपदी राय इस उत्ते जरूर रखियो, क्योंकि अज जेड़ा मेरा लाइव गलबात करन दा मेन कारण है थोड़े विचार जानना, थोड़े नाल गलबात करना, आपस दे विच संगत की सोचदी है। क्योंकि गुरु घरां दे जिन्हां दे कोले प्रबंधन ने प्रधानगियां कह सकदे आ, कुछ हद तक इदा लगदा है कि सेवा हुंदी होई कई थावां दे उत्ते नहीं दिसदी, गल किहदी रह गई आ, एक कौड़ा सच बन गया, भावे कोई ओनू मन्ने या ना मन्ने, लड़ाई रह गई है गोलकां दी। क्यों गोलकां दी लड़ाई रह गई है? ते फिर सेवा किथे आ? कि सेवा भाव मुकदा जा रहा है, संगत तां बड़ी श्रद्धा भावना दे नाल दसवंध आपदी दे रही है, पर उस दसवंध दी की गुरु घरां दे विच सही वरतों हो रही है? एक बहुत वड्डा सवाल है। मैं सारे प्रधान या सारे प्रबंधकां नूं नहीं कहिंदी, 100 दे विचों 10 कोई सही भी होणगे, पर तुसी आप सोशल मीडिया दे उत्ते वीडियोज दे राही देख रहे हो साडे गुरुद्वारा साहिब दे विचों निकल के कहो जिहियां वीडियोज बाहर आ रही ने, सानू शर्म आ रही है इस चीज तो। मैं 2-3 दिन पहला अकाल तख्त साहिब दे जथेदार सिंह साहिब ज्ञानी हरप्रीत सिंह होना दी एक स्पीच सुन रही सी, ਉਹ ਕਿਤੋਂ ਸੰਗਤ ਨੂੰ ਸੰਬੋਧਨ ਕਰ ਰਹੇ ਸੀ। ਪਹਿਲੀ ਗੱਲ ਤੇ ਸਾਡੇ ਵਿਚਾਰ ਹੀ ਨਹੀਂ ਮਿਲਦੇ, ਕੋਈ ਕਹਿੰਦਾ ਮੈਂ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਮੰਨਦਾ, ਕੋਈ ਕਹਿੰਦਾ ਮੈਂ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਮੰਨਦਾ ਨਹੀਂ। ਇਹਦੇ ਵਿੱਚ ਆਮ ਸੰਗਤ ਭਰਮ ਭੁਲੇਖੇ ਦੇ ਵਿੱਚ ਪੈ ਜਾਂਦੀ ਹੈ, ਤੇ ਇਸ ਦੇ ਵਿੱਚ ਕਿਹੜੀ ਆ ਜਿਹੜਾ ਸੰਗਤ ਦੀ ਸ਼ਰਧਾ ਨੂੰ ਠੇਸ ਪਹੁੰਚਦੀ ਹੈ, ਕਿਉਂਕਿ ਆਮ ਸੰਗਤ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਕਿ ਇਹ ਹੋ ਕੀ ਰਿਹਾ ਵਾ। ਫਿਰ ਇੱਕ ਦਿਨ ਅੱਕ ਕੇ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਜਾਂ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ, ਉਹ ਜਦੋਂ ਸਾਡੇ ਬਜ਼ੁਰਗਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਨਿਕਲਦੇ ਇਹੋ ਜਿਹੀਆਂ ਗੱਲਾਂ ਕਰਦੇ ਸੁਣਦੇ ਆ, ਤੇ ਫਿਰ ਉਹ ਕਹਿੰਦੇ ਆ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਤੇ ਇਹੋ ਜਿਹੀਆਂ ਗੱਲਾਂ ਕਰਦੇ, ਅਸੀਂ ਤਾਂ ਗੁਰਦੁਆਰੇ ਜਾਂਦੇ ਹੀ ਨਹੀਂ। ਕਿਆ ਅਸੀਂ ਇਹਨਾਂ ਸਭ ਚੀਜ਼ਾਂ ਤੋਂ ਆਪਦੇ ਨੌਜਵਾਨਾਂ ਨੂੰ ਦੂਰ ਕਰ ਰਹੇ ਹਾਂ ਗੁਰੂ ਘਰਾਂ ਤੋਂ? ਮੈਂ ਗੱਲ ਕਰ ਰਹੀ ਸੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਸਪੀਚ ਦੀ। ਆਪਾਂ ਹਰ ਵਾਰੀ ਇਹ ਦਿਮਾਗ ਦੇ ਵਿੱਚ ਕਿਉਂ ਨੈਗੇਟਿਵਿਟੀ ਬਿਠਾ ਕੇ ਰੱਖ ਲਈ ਹੋਈ ਆ ਕਿ ਜੇ ਮੇਰਾ ਦਿਮਾਗ ਕਹਿੰਦਾ ਕਿ ਜੇ ਮੈਨੂੰ ਕਿਸੇ ਦੀ ਗੱਲ ਚੰਗੀ ਵੀ ਲੱਗਦੀ ਆ, ਬਸ ਮੈਂ ਸ਼ੁਰੂ ਤੋਂ ਕਿਹਾ ਹੋਇਆ ਕਿ ਉਹਦੀ ਗੱਲ ਚੰਗੀ ਨਹੀਂ ਤੇ ਮੈਂ ਨਹੀਂ ਕਹਿਣਾ, ਮੇਰੇ ਦਿਮਾਗ ਦੇ ਵਿੱਚ ਨੈਗੇਟਿਵਿਟੀ ਆ ਉਸ ਇਨਸਾਨ ਦੇ ਲਈ। ਮੈਨੂੰ ਉਦਣ ਚੰਗੀ ਲੱਗੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਗੱਲ, ਕਿਉਂਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਗੜੀ ਸਰਮੋਰ ਸੰਸਥਾ, ਅਸੀਂ ਸਾਰੇ ਹੀ ਸਤਿਕਾਰ ਕਰਦੇ ਹਾਂ, ਸ਼ਰਧਾ ਵੀ ਰੱਖਦੇ ਹਾਂ। ਉਨ੍ਹਾਂ ਨੇ ਉਥੋਂ ਇਹ ਗੱਲ ਕਹੀ ਸੀਗੀ ਕਿ ਜੇ ਤਾਂ ਮੈਂ ਬੋਲਦਾ, ਜੇਕਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦਾ ਕਹਿਣਾ ਸੀ ਕਿ ਜੇ ਮੈਂ ਬੋਲਦਾ ਪੰਥ ਦੇ ਲਈ ਤਾਂ ਕਹਿੰਦੇ ਨੇ ਬਾਦਲਾਂ ਨੂੰ ਸੇਫ ਕਰ ਰਹੇ ਨੇ, ਤੇ ਜੇਕਰ ਗੁਰੂ ਘਰ ਦੇ ਪ੍ਰਬੰਧਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਇਸ ਸਮੇਂ ਬੜੇ ਸਾਨੂੰ ਸ਼ਰਮ ਦੇ ਨਾਲ ਕਹਿਣਾ ਪੈ ਰਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਉੱਤੇ ਇਹੋ ਜਿਹੇ ਮਸਲੇ ਆ ਰਹੇ ਨੇ ਜਿਨ੍ਹਾਂ ਦੇ ਵਿੱਚੋਂ 80% ਮਸਲੇ ਨੇ ਜਿਹੜੇ ਉਹ ਗੁਰੂ ਘਰਾਂ ਦੀਆਂ ਲੜਾਈਆਂ ਦੇ ਨੇ, ਗੁਰਦੁਆਰਾ ਸਾਹਿਬ ਦੇ ਪ੍ਰਬੰਧਨਾਂ ਦੇ ਨੇ। ਇਸ ਗੱਲ ਨੂੰ ਵੇਖ ਕੇ ਸਾਨੂੰ ਨਮੋਸ਼ੀ ਮਹਿਸੂਸ ਹੁੰਦੀ ਹੈ ਕਿ ਕਿੱਥੇ ਸਾਡੇ ਗੁਰੂ ਘਰ ਦੇ ਪ੍ਰਬੰਧਨ ਕਿਉਂ ਬਣੇ ਹੋਏ ਸਨ, ਕਿ ਗੁਰੂ ਘਰ ਦੇ ਵਿੱਚ ਦਸਵੰਧ ਬਹੁਤ ਸ਼ਰਧਾ ਭਾਵਨਾ ਦੇ ਨਾਲ ਛੁਡਾਉਂਦੀ ਹੈ ਸੰਗਤ, ਉਸ ਦਸਵੰਧ ਦੀ ਸਹੀ ਵਰਤੋਂ ਹੋਵੇ, ਜਿੱਥੇ ਉਹਦੀ ਵਰਤੋਂ ਹੋਣੀ ਚਾਹੀਦੀ ਹੈ ਉੱਥੇ ਹੋਣੀ ਚਾਹੀਦੀ, ਬੱਚਿਆਂ ਨੂੰ ਐਜੂਕੇਟ ਕਰੋ, ਗਰੀਬ ਦੀ ਮਦਦ ਕਰੋ, ਕਿਸੇ ਪਰਿਵਾਰ ਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ ਉਹਨੂੰ ਆਪਦੇ ਬਰਾਬਰ ਲੈ ਕੇ ਆਓ, ਸੰਗਤ ਦਾ ਦਸਵੰਧ ਹੈ ਕਿਸੇ ਲੋੜਵੰਦ ਤੱਕ ਪਹੁੰਚ ਜਾਵੇ, ਪਰ ਇਹ ਤਾਂ ਸਾਡੀ ਸੋਚ ਹੀ ਨਹੀਂ ਹੈਗੀ। ਕੋਈ ਵੀ ਅਗਰ ਅਸੀਂ ਪ੍ਰਬੰਧਨਾਂ ਦੀ ਗੱਲ ਕਰਦੇ ਹਾਂ, ਕੋਈ ਇੱਕ ਨਿੱਕੀ ਜਿਹੀ ਸੇਵਾ ਵੀ ਕਰਦੇ ਨੇ ਤਾਂ ਉਹਦੇ ਵਿੱਚ ਪਹਿਲਾਂ ਇਹ ਦੱਸਿਆ ਜਾਂਦਾ ਹੈ ਕਿ ਮੇਰੀ ਪ੍ਰਧਾਨਗੀ ਦੇ ਟਾਈਮ ਇਹ ਹੋਇਆ ਸੀਗਾ ਤੇ ਉਸ ਇਨਸਾਨ ਦੀ ਪ੍ਰਧਾਨਗੀ ਦੇ ਟਾਈਮ ਇਹ ਨਹੀਂ ਹੋਇਆ, ਹੁਣ ਅਸੀਂ ਇਹਨੂੰ ਏਦਾਂ ਕਰਾਂਗੇ, ਫਿਰ ਸੇਵਾ ਕਿੱਥੇ ਆ? ਫਿਰ ਭਾਵਨਾ ਕਿੱਥੇ ਆ? ਫਿਰ ਸ਼ਰਧਾ ਕਿੱਥੇ ਆ? ਇਹ ਕਮੇਟੀਆਂ ਦੇ ਰੌਲਿਆਂ ਦੇ ਵਿੱਚ ਸੰਗਤ ਦਾ ਨੁਕਸਾਨ ਹੁੰਦਾ। ਸੰਗਤ ਬਹੁਤ ਭੋਲੀ ਹੁੰਦੀ ਹੈ, ਸੰਗਤ ਗੁਰੂ 'ਚ ਵਿਸ਼ਵਾਸ ਰੱਖਦੀ ਹੈ, ਤੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਸਾਡੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ, ਸਾਡੀਆਂ ਬਹੁਤ ਸਾਰੀਆਂ ਜਥੇਬੰਦੀਆਂ ਨੇ, ਪਰ ਹਰ ਇੱਕ ਆਪਦੇ ਆਪ ਨੂੰ ਸਹੀ ਸਾਬਤ ਕਰਨ ਦੇ ਵਿੱਚ ਲੱਗਾ ਹੋਇਆ, ਗੁਰੂ ਦੀ ਗੱਲ ਤਾਂ ਕੋਈ ਕਰ ਹੀ ਨਹੀਂ ਰਿਹਾ, ਸੰਗਤ ਨੂੰ ਸਹੀ ਦਿਸ਼ਾ ਦੇਣ ਦੇ ਬਾਰੇ ਵਿੱਚ ਕੋਈ ਸੋਚ ਹੀ ਨਹੀਂ ਰਿਹਾ। ਹਾਂ,
ਸਾਡੀਆਂ ਪੰਥਕ ਜਥੇਬੰਦੀਆਂ ਨੇ ਹੋਣੀਆਂ ਵੀ ਚਾਹੀਦੀਆਂ ਨੇ, ਇਹਦੇ ਨਾਲ ਪੰਥ ਮਜ਼ਬੂਤ ਹੁੰਦਾ। ਪਰ ਅਸੀਂ ਆਪਸ ਦੇ ਵਿੱਚ ਹੀ ਕਿਉਂ ਲੜ ਰਹੇ ਹਾਂ? ਕਿਆ ਸਾਡੀਆਂ ਪੰਥਕ ਜਥੇਬੰਦੀਆਂ ਜਥੇਬੰਦੀਆਂ ਨੇ ਜਿਹੜੀਆਂ ਉਹ ਆਪਸ ਦੇ ਵਿੱਚ ਹੀ ਲੜਨ ਨੂੰ ਨੇ? ਘਰ ਦੇ ਵਿੱਚ ਹੀ ਇੱਕ ਦੂਜੇ ਦੇ ਨਾਲ ਘੁਲੀ ਜਾਂਦੇ ਹਾਂ ਆਪਾਂ? ਘਰ ਦੇ ਵਿੱਚ ਹੀ ਸਾਨੂੰ ਇਹ ਆਪਸ ਦੇ ਵਿੱਚ ਹੀ ਕਰ ਰਹੇ ਹਾਂ ਕਿ ਕੋਈ ਵੀ ਚੀਜ਼ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਉਹ ਜਾ ਕੇ ਜ਼ਾਹਰ ਕਰ ਦਿੰਦੇ ਹਾਂ ਕਿ ਦੂਸਰੇ ਲੋਕ ਸਾਡੀ ਹੀ ਕੌਮ ਦਾ ਤਮਾਸ਼ਾ ਵੇਖਦੇ ਨੇ। ਬਾਹਰ ਦੀ ਜੇਕਰ ਬਾਹਰਲੇ ਮੁਲਕਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਤਾਂ ਚਲੋ ਪੈਸੇ ਦੀ ਕੋਈ ਮਿਹਨਤ ਦਾ ਮੁੱਲ ਮਿਲਦਾ, ਪੈਸੇ ਦੀ ਕੋਈ ਕਮੀ ਨਹੀਂ, ਦਸਵੰਧ ਵਾਧੂ ਦਿੰਦੀਆਂ ਨੇ ਸੰਗਤਾਂ, ਉੱਥੇ ਤਾਂ ਇਸ ਤੋਂ ਸਾਡੇ ਮੈਨੂੰ ਲੱਗਦਾ ਭਾਰਤ ਤੋਂ ਵੀ ਜ਼ਿਆਦਾ ਲੜਾਈਆਂ ਅੱਜ ਕੱਲ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਵਾਇਰਲ ਹੁੰਦੀਆਂ ਦੇਖ ਰਹੇ ਹਾਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਹੀ ਕਿਸ ਤਰ੍ਹਾਂ ਦੇ ਨਾਲ ਆਪਸ ਦੇ ਵਿੱਚ ਝੜਪ ਹੁੰਦੀ ਹੈ ਤੇ ਗੁਰੂ ਨੂੰ ਹਾਜ਼ਰ ਨਾਜ਼ਰ ਫਿਰ ਅਸੀਂ ਕਦੋਂ ਮੰਨਿਆ? ਕਿ ਸਾਡਾ ਗੁਰੂ ਪਿਤਾ ਸਾਨੂੰ ਵੇਖ ਨਹੀਂ ਰਿਹਾ ਹੁੰਦਾ ਉਸ ਸਮੇਂ? ਹਾਂ, ਕਿਸੇ ਦੇ ਵਿੱਚ ਕੋਈ ਨੁਕਸਾਨ, ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਤਾਂ ਬਹੁਤ ਸਾਰੇ ਸਿਆਣੇ ਸੱਜਣੇ ਵੀ ਹੋਣਗੇ ਕਿ ਇਹ ਇਹਨੂੰ ਕਿਹਨੇ ਹੱਕ ਦਿੱਤਾ ਇੰਨੀ ਸਿਆਣਪ ਦੱਸਣ ਦਾ, ਜਾਂ ਇਹਦੇ ਵਿੱਚ ਐਸਾ ਇਹ ਕਿਆ ਇਹਦੇ ਵਿੱਚ ਜ਼ਿਆਦਾ ਸਿਆਣਪ ਹੈ ਕਿ ਇਹ ਸਾਨੂੰ ਜਾਂ ਸਾਡੇ ਨਾਲ ਵਿਚਾਰ ਸਾਂਝੇ ਕਰੇ? ਕਿਉਂਕਿ ਅਸੀਂ ਅੱਜ ਕਈਆਂ ਨੇ ਲੋਕ ਸੋਚ ਹੀ ਇਹੋ ਜਿਹੀ ਬਣਾ ਲਈ ਹੋਈ ਹੈ ਨਾ, ਜਿੰਨੀ ਕੁ ਮੇਰੀ ਮੱਤ ਆ ਮੈਂ ਵਰਤ ਲਈ, ਜਿੰਨੀ ਕੁ ਕਿਸੇ ਹੋਰ ਦੀ ਮੱਤ ਆ ਉਹ ਦੂਸਰਾ ਇਨਸਾਨ ਵਰਤ ਲਵੇ। ਪਰ ਆਪਦੀ ਮੱਤ ਦਾ ਸਹੀ ਪ੍ਰਯੋਗ ਇਸ ਢੰਗ ਨਾਲ ਕਰੋ ਕਿ ਸਮਾਜ ਦੇ ਵਿੱਚ ਮੈਸੇਜ ਗਲਤ ਨਾ ਜਾਵੇ। ਬਹੁਤ ਸਾਰੀਆਂ ਕਮੀਆਂ ਮੇਰੇ ਵਿੱਚ ਬਹੁਤ ਲੋਕਾਂ ਨਾਲੋਂ ਜ਼ਿਆਦਾ ਹੋਣਗੀਆਂ, ਪਰ ਮੇਰੇ ਵਿੱਚ ਜੋ ਮੈਨੂੰ ਲੱਗਿਆ ਕਿ ਗੱਲ ਕਰਨ ਦਾ ਇਹ ਚੀਜ਼ ਮੇਰੇ ਮਨ ਦੇ ਅੰਦਰ ਹੈਗੀ ਹੈ, ਮੈਂ ਸਾਂਝੀ ਕਰ ਸਕਦੀ ਹਾਂ, ਤਾਂ ਮੈਨੂੰ ਲੱਗਿਆ ਇਹ ਜ਼ਰੂਰ ਕਰਨੀ ਚਾਹੀਦੀ ਹੈ। ਕਿਉਂਕਿ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਤੁਸੀਂ ਦੱਸ ਸਕਦੇ ਹੋ, ਮੈਂ ਉਹ ਨਹੀਂ ਦੱਸ ਸਕਦੀ ਹੋਵਾਂਗੀ, ਸ਼ਾਇਦ ਮੇਰੇ ਵਿੱਚ ਇੰਨੀ ਸਿਆਣਪ ਨਹੀਂ ਹੋਵੇਗੀ, ਪਰ ਮੇਰੀ ਮੈਂ ਇਸ ਨੂੰ ਸਿਆਣਪ ਨਹੀਂ ਕਵਾਂਗੀ। ਜੋ ਮੈਂ ਨਾ ਇੱਕ ਵੀਡੀਓ ਦੇਖ ਰਹੀ ਹਾਂ ਕੱਲ ਦੀ ਸੋਸ਼ਲ ਮੀਡੀਆ ਦੇ ਉੱਤੇ, ਲਗਾਤਾਰ ਅਸੀਂ ਖੁਦ ਵਾਇਰਲ ਕਰ ਰਹੇ ਹਾਂ ਉਸਨੂੰ। ਉਸ ਵੀਡੀਓ ਦੇ ਵਿੱਚ ਉੱਪਰ ਕੈਪਸ਼ਨ ਜਿਹੜਾ ਮੈਂ ਪੜਿਆ ਉਹ ਵੇਖ ਕੇ ਹੈਰਾਨੀ ਹੋਈ ਕਿ ਸੰਗਰਾਂਦ ਵਾਲੇ ਦਿਨ ਗੁਰੂ ਘਰ ਦੇ ਵਿੱਚ ਪੈ ਗਿਆ ਖਲਾਰਾ। ਇਹ ਕੈਪਸ਼ਨ ਜਿੱਥੋਂ ਇਹ ਵੀਡੀਓ ਤੁਰੀ, ਇਹ ਕੈਪਸ਼ਨ ਉੱਥੋਂ ਪਿਆ, ਸੰਗਰਾਂਦ ਵਾਲੇ ਦਿਨ। ਤਾਂ ਫਿਰ ਕਿਹਨੇ ਸੰਗਰਾਂਦ ਵਾਲੇ ਦਿਨ ਗੁਰਦੁਆਰਾ ਸਾਹਿਬ ਜਾਣਾ? ਕਿਸੇ ਕਿਤੇ ਸਾਡੇ ਨੌਜਵਾਨ ਸਾਡੇ ਬੱਚੇ ਗੁਰਦੁਆਰਾ ਸਾਹਿਬ ਨਹੀਂ ਨਾ ਜਾਂਦੇ ਸੀ ਤਾਂ ਸਾਡੇ ਸਾਨੂੰ ਛੋਟੇ ਹੁੰਦਿਆਂ ਮਾਂ ਪਿਓ ਨੇ ਹੀ ਕਹਿਣਾ ਵੀ ਅੱਜ ਗੁਰਦੁਆਰਾ ਸਾਹਿਬ ਜਾਓ, ਅੱਜ ਸੰਗਰਾਂਦ ਆ, ਮਹੀਨੇ ਦੀ ਸ਼ੁਰੂਆਤ ਹੈ, ਦੇਸੀ ਮਹੀਨੇ ਦੀ ਸ਼ੁਰੂਆਤ ਹੋਈ ਹੈ, ਅੱਜ ਗੁਰਦੁਆਰਾ ਸਾਹਿਬ ਜਾਓ। ਤੇ ਹੁਣ ਤੁਸੀਂ ਕੱਲ ਨੂੰ ਕਿਸੇ ਜਵਾਕ ਨੂੰ ਕਹੋਗੇ ਕਿ ਅੱਜ ਤੂੰ ਗੁਰਦੁਆਰਾ ਸਾਹਿਬ ਜਾ, ਉੱਥੇ ਸੰਗਰਾਂਦ ਆ, ਅੱਜ ਤੇ ਸੰਗਰਾਂਦ ਦਾ ਦਿਨ ਆ, ਤਾਂ ਨੌਜਵਾਨ ਜਾਂ ਬੱਚੇ ਨੇ ਕੀ ਸਿੱਖਿਆ ਕਿ ਉਹ ਸੰਗਰਾਂਦ ਦਾ ਦਿਨ ਜਿਸ ਦਿਨ ਖਲਾਰਾ ਪੈ ਗਿਆ? ਕੈਪਸ਼ਨ ਲਿਖਣ ਵਾਲੇ ਨੇ ਵੀ, ਵੀਡੀਓ ਵਾਇਰਲ ਕਰਨ ਵਾਲਾ ਵੀ ਗੁਰਸਿੱਖ ਗੁਰਦੁਆਰਾ ਸਾਹਿਬ ਦੇ ਅੰਦਰੋਂ, ਕੈਪਸ਼ਨ ਲਿਖਣ ਵਾਲਾ ਵੀ, ਉਸ ਤੇ ਬਾਅਦ ਅਸੀਂ ਆਪ ਅਸੀਂ ਸਿੱਖਾਂ ਨੇ ਉਸ ਵੀਡੀਓ ਨੂੰ ਅੱਗ ਦੀ ਤਰ੍ਹਾਂ ਵਾਇਰਲ ਕੀਤਾ ਕਿ ਵੇਖੋ ਇਹ ਕਰ ਰਹੇ ਹਾਂ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ, ਅਸੀਂ ਜਲੂਸ ਕੱਢਿਆ ਆਪ ਦਾ ਆਪ, ਕਿ ਤੁਸੀਂ ਆਪ ਦਿਖਾਇਆ, ਆਪ ਸਾਨੂੰ ਨਮੋਸ਼ੀ ਮਿਲ। ਉਹ ਵੀਡੀਓਜ਼ ਮੇਰੇ ਤੱਕ ਇੰਨੇ ਸਾਰੇ ਗਰੁੱਪਸ ਦੇ ਵਿੱਚ ਆਈਆਂ, ਔਰ ਮੈਨੂੰ ਨਾਲੇ ਵੀ ਕਿਹਾ ਗਿਆ ਕਿ ਤੁਸੀਂ ਇਸ ਵੀਡੀਓ ਨੂੰ ਕਿਉਂ ਨਹੀਂ ਚਲਾਇਆ? ਬਹੁਤ ਸਾਰੇ ਚੈਨਲਸ ਦੇ ਉੱਤੇ ਚੱਲੀ, ਹਰ ਇੱਕ ਦੇ ਉੱਤੇ, ਆਪਣੇ ਜਿਹੜੇ ਪਰਸਨਲ ਪੇਜਿਸ ਦੇ ਉੱਤੇ ਵੀ ਲੋਕਾਂ ਨੇ ਪਾਈ। ਅਸੀਂ ਕਿਹੜੇ ਕਿਹੜੇ ਮੂੰਹ ਦੇ ਨਾਲ ਉਹ ਵੀਡੀਓ ਪਾਈਏ? ਅਸੀਂ ਸੋਚਦੇ ਅਸੀਂ ਸਿੱਖੀ ਦਾ ਪ੍ਰਚਾਰ ਕਰਨ ਦੇ ਵਿੱਚ, ਜਾਂ ਅਸੀਂ ਪ੍ਰਚਾਰ ਤਾਂ ਚਲੋ ਅਸੀਂ ਤਾਂ ਕੀ ਆ ਕਿ ਜਿਹੜਾ ਸਿੱਖੀ ਦਾ ਪ੍ਰਚਾਰ ਕਰ ਸਕੀਏ, ਚੰਗੇ ਮੈਸੇਜਿਸ ਸਿੱਖੀ ਦੇ ਜਿਹੜੇ ਸਾਡੇ ਸਿੱਖ ਕੌਮ ਦੇ ਹੁੰਦੇ ਨੇ ਉਹ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ। ਤੇ ਹੁਣ ਅਸੀਂ ਆਹ ਸੁਨੇਹਾ ਦਿੰਦੇ ਤਾਂ ਫਿਰ ਜਿਹੜੇ ਸਾਡੀ ਬਾਣੀ ਚੈਨਲ ਨੂੰ ਹੋਰ ਵੀ ਬਹੁਤ ਸਾਰੇ ਵੀਰ ਦੇਖਦੇ ਨੇ, ਅਦਰ ਕਮਿਊਨਿਟੀਜ਼ ਵੀ ਦੇਖਦੀਆਂ ਨੇ, ਉਹ ਕੀ ਕਹਿਣਗੇ ਕਿ ਆਹ ਹੋ ਰਿਹਾ? ਤਾਂ ਮੈਨੂੰ ਲੱਗਿਆ ਮੈਨੂੰ ਉਹਨਾਂ ਨੂੰ ਵੀ ਹੱਥ ਬੰਨ ਕੇ ਮੇਰੀ ਅਪੀਲ ਹੈ ਜਿਹੜੇ ਲਗਾਤਾਰ ਧੜੱਲੇ ਨਾਲ ਕੱਲ ਵਾਲੀ ਵੀਡੀਓ ਨੂੰ ਵਾਇਰਲ ਕਰਨ ਲੱਗੇ ਹੋਏ ਨੇ। ਹਰਵਿੰਦਰ ਸਿੰਘ ਖਾਲਸਾ ਜੀ ਸਾਡੇ ਬਾਣੀ ਚੈਨਲ ਦੇ ਪਰਿਵਾਰ ਦਾ ਹਿੱਸਾ ਨੇ, ਕਠੂਆ ਤੋਂ ਤੁਸੀਂ ਵੇਖਦੇ ਹੁੰਦੇ ਆ ਸਾਰੀ ਰਿਪੋਰਟਿੰਗ, ਸਾਰੀ ਸਾਡੇ ਨਾਲ ਉਥੋਂ ਗੱਲਬਾਤ, ਸਾਡੀਆਂ ਜਿੰਨੀਆਂ ਵੀ ਸਿੱਖ ਸਰਗਰਮੀਆਂ ਹੁੰਦੀਆਂ ਨੇ ਵੀਰ ਹਰਵਿੰਦਰ ਸਿੰਘ ਖਾਲਸਾ ਹੀ ਸਾਂਝੀ ਕਰਦੇ ਨੇ।
ਤੇ ਉਹਨਾਂ ਦੇ ਨਾਲ ਉਹਨਾਂ ਨੇ ਵੀ ਆਪਣਾ ਜਿਹੜਾ ਇੱਥੇ ਰਾਏ ਦਿੱਤੀ ਹੋਈ ਆ ਕਿ ਬੇਹੱਦ ਸ਼ਰਮਨਾਕ ਗੱਲ ਹੈਗੀ ਆ ਜਿਹੜੀ ਕੱਲ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋਈ ਆ ਕਿਉਂਕਿ ਸਾਡੀ ਬਾਣੀ ਚੈਨਲ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਸਾਡੀਆਂ ਜਿਹੜੀਆਂ ਸਿੱਖਾਂ ਦੀਆਂ ਪੋਜ਼ਿਟਿਵ ਗੱਲਾਂ ਨੇ ਸਾਡੇ ਜਿਹੜੇ ਸਿੱਖ ਆਪਾਂ ਕਹਿੰਦੇ ਆ ਕਿ ਅਸੀਂ ਇਹ ਵੀ ਗੱਲ ਵਾਰ ਵਾਰ ਕਹਿੰਦੇ ਹੁੰਦੇ ਆ ਕਿ ਜਿਹੜੇ ਸਿੱਖ ਆ ਵਰਲਡ ਵਾਈਡ ਕਿਤੇ ਵੀ ਭੀੜ ਪੈਂਦੀ ਹੈ ਕਿਤੇ ਆਪਦਾ ਆਉਂਦੀ ਹੈ ਸਿੱਖ ਖੜਾ ਰਹਿੰਦਾ ਹੈ ਕਿਆ ਹੁਣ ਅਸੀਂ ਸਿੱਖਾਂ ਦੇ ਆਪ ਹੀ ਇਹ ਵਾਲੇ ਫੇਸ ਦਿਖਾਵਾਂਗੇ ਤਾਂ ਮੇਰੀ ਸਾਰਿਆਂ ਨੂੰ ਹੱਥ ਬੰਨ ਕੇ ਅਪੀਲ ਹੈ ਕਿ ਇਹੋ ਜਿਹੀਆਂ ਵੀਡੀਓਜ਼ ਜਦੋਂ ਤੁਹਾਡੇ ਤੱਕ ਆਉਂਦੀਆਂ ਹੁੰਦੀਆਂ ਨੇ ਜਿਹੜਾ ਭੇਜਦਾ ਉਸ ਨੂੰ ਜਵਾਬ ਦਿਓ ਕਿ ਸਾਡਾ ਕੰਮ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਸਾਡਾ ਕੰਮ ਸਿੱਖਾਂ ਦੇ ਪੋਜ਼ਿਟਿਵ ਮੈਸੇਜਸ ਚੰਗੇ ਮੈਸੇਜਸ ਸਿੱਖਾਂ ਨੇ ਬੁਲੰਦੀਆਂ ਵੀ ਤੇ ਹਾਸਲ ਕੀਤੀਆਂ ਨੇ ਉਹ ਵੀਡੀਓਜ਼ ਅਸੀਂ ਕਿੰਨੀਆਂ ਸ਼ੇਅਰ ਕਰਦੇ ਆ ਉਹ ਅਸੀਂ ਤੁਹਾਨੂੰ ਬੋਲ ਬੋਲ ਕੇ ਸ਼ੇਅਰ ਕਰਾਉਂਦੇ ਆ ਕਿ ਬੱਚੇ ਨੇ ਚੰਗੇ ਨੰਬਰ ਲਏ ਨੇ ਵੀਡੀਓ ਸ਼ੇਅਰ ਕਰੋ ਏਡੀਸੀ ਸਾਹਿਬ ਸਾਡੇ ਵੀਰ ਹਰਵਿੰਦਰ ਸਿੰਘ ਜੀ ਆਏ ਨੇ ਉਹਨਾਂ ਦੀ ਵੀਡੀਓ ਜ਼ਰੂਰ ਸ਼ੇਅਰ ਕਰੋ ਸਾਡੇ ਨਈ ਮਾਣ ਵਾਲੀ ਗੱਲ ਆ ਸਾਡੀ ਸਿੱਖ ਕੌਮ ਦੀ ਧੀ ਆ ਪਾਇਲਟ ਬਣੀ ਆ ਵੀਡੀਓ ਸ਼ੇਅਰ ਕਰਿਓ ਉਹ ਤੁਹਾਨੂੰ ਕਹਿ ਕਹਿ ਕੇ ਹੱਥ ਬੰਨ ਬੰਨ ਕੇ ਸ਼ੇਅਰ ਕਰਾਈ ਦੀ ਕਿ ਹੋਰ ਬੱਚਿਆਂ ਨੂੰ ਵੀ ਹੌਸਲਾ ਮਿਲਦਾ ਉਹ ਵੀਡੀਓ ਸ਼ੇਅਰ ਕਰਦੇ ਆ ਸਾਨੂੰ ਇਦਾਂ ਲੱਗਦਾ ਕਿ ਜਿਵੇਂ ਸਾਡੇ ਹੱਥ ਰੁਕ ਜਾਂਦੇ ਨੇ ਤਾਂ ਜਿਹੜੀ ਇਦਾਂ ਦੀਆਂ ਵੀਡੀਓਜ਼ ਨੇ ਜਦੋਂ ਅਸੀਂ ਉਹ ਸ਼ੇਅਰ ਕਰਦੇ ਆ ਕਿ ਅੰਦਰੋਂ ਸਾਡੀ ਰੂਹ ਸਾਨੂੰ ਇਜਾਜ਼ਤ ਦਿੰਦੀ ਹੈ ਉਹ ਵੀਡੀਓ ਮੈਨੂੰ ਬਹੁਤ ਸਾਰੇ ਮੈਸੇਜਸ ਆਏ ਤੁਸੀਂ ਉਸ ਵੀਡੀਓ ਨੂੰ ਕਿਉਂ ਨਹੀਂ ਪਾਇਆ ਤੁਸੀਂ ਉਸ ਵੀਡੀਓ ਨੂੰ ਕਿਉਂ ਨਹੀਂ ਅੱਗੇ ਕੀਤਾ ਤੁਸੀਂ ਆਪਣੇ ਪੇਜ ਦੇ ਉੱਤੇ ਉਹ ਵੀਡੀਓ ਕਿਉਂ ਨਹੀਂ ਪਾਈ ਤਾਂ ਮੈਂ ਉਹਨਾਂ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਕਰਦੀ ਹਾਂ ਇਹੋ ਜਿਹੇ ਵੀਡੀਓਜ਼ ਅਸੀਂ ਆਪਣੇ ਇਕਬਾਣੀ ਚੈਨਲ ਦੇ ਉੱਪਰ ਨਹੀਂ ਪਾ ਸਕਦੇ ਕਿਉਂਕਿ ਇਸ ਦੇ ਨਾਲ ਸਾਡਾ ਕੰਮ ਆ ਸਾਡੀ ਕੌਮ ਦਾ ਸਿਰ ਉੱਚਾ ਕਰਨਾ ਸਾਡਾ ਜਿਹੜੀ ਵਾਹਿਗੁਰੂ ਪਰਮਾਤਮਾ ਨੇ ਸਾਡੀ ਸੇਵਾ ਲਾਈ ਹੈ ਉਹ ਸਾਡੀ ਡਿਊਟੀ ਹੈਗੀ ਆ ਹਾਂ ਤੁਸੀਂ ਕਿਸੇ ਨੇ ਕੋਈ ਚੰਗਾ ਕੰਮ ਕੀਤਾ ਉਹ ਵੀਡੀਓ ਸਾਡੇ ਤੱਕ ਪਹੁੰਚਾਓ ਉਹ ਦਿਨ ਰਾਤ ਇੱਕ ਬਾਣੀ ਚੈਨਲ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦਾ ਪਰ ਇਹੋ ਜਿਹੀ ਵੀਡੀਓਜ਼ ਹੱਥ ਬੰਨ ਕੇ ਬੇਨਤੀ ਹੈ ਖੁਦ ਵੀ ਨਾ ਸ਼ੇਅਰ ਕਰਿਆ ਕਰੋ ਦੂਜਿਆਂ ਨੂੰ ਵੀ ਸ਼ੇਅਰ ਕਰਨ ਦੀ ਸਲਾਹ ਨਾ ਦਿਆ ਕਰੋ ਸਾਡੀ ਸਿਰਮੌਰ ਸੰਸਥਾ ਅਕਾਲ ਤਖ਼ਤ ਸਾਹਿਬ ਹੈ ਉਸਦੀ ਰਹਿਤ ਮਰਿਆਦਾ ਦੇ ਅਨੁਸਾਰ ਜ਼ਰੂਰ ਚੱਲੀਏ ਹਾਂ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ ਸਾਡੇ ਵਿਚਾਰ ਭਾਵੇਂ ਨਹੀਂ ਮਿਲ ਸਕਦੇ ਪਰ ਗੱਲਬਾਤ ਦੇ ਨਾਲ ਵਿਚਾਰ ਵਟਾਂਦਰੀ ਕਰਕੇ ਉਹਨਾਂ ਮਸਲਿਆਂ ਦਾ ਹੱਲ ਜ਼ਰੂਰ ਕੱਢ ਸਕਦੇ ਹਾਂ ਲੇਕਿਨ ਖੁਦ ਆਪਦੇ ਘਰੋਂ ਹੀ ਆਪਣੀ ਕੌਮ ਦੀ ਨਮੋਸ਼ੀ ਨਾ ਕਰੀਏ ਚੰਗਾ ਸੁਨੇਹਾ ਜਿਹੜਾ ਇੱਕ ਆਪਾਂ ਕਹਿੰਦੇ ਹਾਂ ਕਿ ਵਰਲਡ ਵਾਈਡ ਆ ਜਿਹੜਾ ਇੱਕ ਚੰਗਾ ਸੁਨੇਹਾ ਆਪਸੀ ਭਾਈਚਾਰੇ ਦਾ ਆਪਸੀ ਸਾਂਝ ਦਾ ਸਿੱਖ ਕੌਮ ਵੀ ਲੈ ਕੇ ਚੱਲਦੀ ਹੈ ਜਿਵੇਂ ਕੱਲ ਵੀ ਮੈਂ ਦੇਖਿਆ ਸੋਸ਼ਲ ਮੀਡੀਆ ਦੇ ਉੱਤੇ ਮਹਾਰਾਜਾ ਹਰੀ ਸਿੰਘ ਜੀ ਹੋਣਾ ਦੇ ਜਨਮ ਦਿਨ ਦੀ ਛੁੱਟੀ ਦੇ ਵਿੱਚ ਸਾਰੇ ਪਾਸੇ ਜਿਹੜਾ ਜੰਮੂ ਦੇ ਵਿੱਚ ਜਸ਼ਨ ਮਨਾਇਆ ਗਿਆ ਤੇ ਉੱਥੇ ਹਰ ਇੱਕ ਭਾਈਚਾਰਾ ਖੜਾ ਹੋਇਆ ਸੀ ਸਿੱਖ ਵੀ ਨਾਲ ਖੜੇ ਹੋਏ ਸੀ ਮੁਸਲਿਮ ਵੀਰ ਵੀ ਹਿੰਦੂ ਵੀਰਾਂ ਦੇ ਨਾਲ ਸਾਰੀ ਕਮਿਊਨਿਟੀ ਉੱਥੇ ਇਕੱਠੀ ਸੀ ਤਾਂ ਇੱਕ ਸੋਹਣਾ ਮੈਸੇਜ ਗਿਆ ਜੰਮੂ ਦੇ ਵਿੱਚੋਂ ਬਾਹਰ ਤਾਂ ਕਿਉਂ ਅਸੀਂ ਸੋਸ਼ਲ ਮੀਡੀਆ ਸਾਨੂੰ ਪਲੈਟਫਾਰਮ ਮਿਲਿਆ ਸੋਸ਼ਲ ਮੀਡੀਆ ਚੌਥਾ ਥੰਮ ਹੈ ਸਾਡਾ ਅਸੀਂ ਇਹਦੇ ਨਾਲ ਅਗਰ ਇਹਦੀ ਸਹੀ ਵਰਤੋਂ ਕਰ ਸਕਦੇ ਹਾਂ ਤਾਂ ਸਮਾਜ ਦੇ ਵਿੱਚ ਕੁਝ ਚੰਗਾ ਕਰ ਸਕਦੇ ਹਾਂ ਜੇਕਰ ਕਿਸੇ ਨੇ ਦਿਮਾਗ ਦੇ ਵਿੱਚ ਧਾ ਹੀ ਲਿਆ ਹੋਇਆ ਕਿ ਸੋਸ਼ਲ ਮੀਡੀਆ ਦੇ ਰਾਹੀਂ ਮੈਂ ਨੈਗੇਟਿਵਿਟੀ ਫੈਲਾਉਣੀ ਆ ਤੇ ਫਿਰ ਉਹਨੂੰ ਮੈਨੂੰ ਲੱਗਦਾ ਕਿ ਕੋਈ ਸਮਝਾ ਵੀ ਨਹੀਂ ਸਕਦਾ ਆਪਾਂ ਸਿਰਫ ਤੁਹਾਡੇ ਅੱਗੇ ਗੁਜ਼ਾਰਿਸ਼ ਕਰ ਸਕਦੇ ਹਾਂ ਕਿ ਜਿਹੜੀਆਂ ਚੰਗੀਆਂ ਵੀਡੀਓਜ਼ ਹੁੰਦੀਆਂ ਨੇ ਉਹਨਾਂ ਨੂੰ ਸ਼ੇਅਰ ਕਰਿਆ ਕਰੋ ਆਪਣੀ ਹੀ ਕੌਮਦਾਰ ਉੱਪਰ ਕੈਪਸ਼ਨ ਵੀ ਤੁਸੀਂ ਸੋਚ ਸਮਝ ਕੇ ਲਿਖਿਆ ਕਰੋ ਇਹ ਜਿਹੜਾ ਤੁਸੀਂ ਕੈਪਸ਼ਨ ਕੱਲ ਜਿਹਦੇ ਵੱਲੋਂ ਵੀ ਵੀਡੀਓ ਵਾਇਰਲ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਇਹ ਬਹੁਤ ਹੀ ਗਲਤ ਕੰਮ ਕੀਤਾ ਗਿਆ ਕੌਮ ਉਸ ਨੂੰ ਕਦੀ ਵੀ ਮਾਫ ਨਹੀਂ ਕਰੇਗੀ ਤੇ ਕੌਮ ਨੂੰ ਵੀ ਸਿਆਣੇ ਹੋ ਕੇ ਜਿਹੜਾ ਚੱਲਣਾ ਚਾਹੀਦਾ ਤੁਸੀਂ ਵੀ ਆਪਦੇ ਜਿਹੜੇ ਵਿਚਾਰ ਨੇ ਉਹ ਕਮੈਂਟਾਂ ਦੇ ਰਾਹੀਂ ਰੱਖ ਸਕਦੇ ਹੋ ਔਰ ਬਹੁਤ ਸਾਰੇ ਵੀਰ ਰੱਖ ਵੀ ਰਹੇ ਨੇ ਤੇ ਬਿਲਕੁਲ ਜਤਿੰਦਰਪਾਲ ਸਿੰਘ ਜੀ ਹਾਂਜੀ ਵੀਰ ਜੀ ਮੈਂ ਵੀ ਇਹੋ ਗੱਲ ਕਹੀ ਆ ਕਿ ਸੋਸ਼ਲ ਮੀਡੀਆ ਇੱਕ ਇਹੋ ਜਿਹਾ ਟੂਲ ਹੈ ਇੱਕ ਚੰਗਾ ਇਹੋ ਜਿਹਾ ਸਾਧਨ ਹੈ ਜਿਹਨੂੰ ਅਸੀਂ ਸਮਝੀਏ ਹੁਣ ਸੋਸ਼ਲ ਮੀਡੀਆ ਦੇ ਰਾਹੀਂ ਤੁਸੀਂ ਕਿੰਨਾ ਪ੍ਰਚਾਰ ਕਰ ਸਕਦੇ ਹੋ ਸੋਸ਼ਲ ਮੀਡੀਆ ਦੇ ਰਾਹੀਂ ਤੁਸੀਂ ਕਿੰਨੇ ਆਪਣੀ ਕੌਮ ਦੀਆਂ ਚੰਗੀਆਂ ਗੱਲਾਂ ਬਾਹਰ ਪਹੁੰਚਾ ਸਕਦੇ ਹੋ ਹਨਾ ਤੇ ਜਿਵੇਂ ਕੱਲ ਹੀ ਮੈਂ ਇੱਕ ਵੀਡੀਓ ਦੇਖ ਰਹੀ ਸੀ ਭਾਈ ਪਿੰਦਰਪਾਲ ਸਿੰਘ ਜੀ ਹੋਣਾ ਦੀ ਉਹਨਾਂ ਦੀ ਵੀਡੀਓਜ਼ ਕੁਝ ਹੀ ਘੰਟਿਆਂ ਦੇ ਵਿੱਚ ਇੱਕ ਬੱਚੀ ਨੂੰ ਲੈ ਕੇ ਵਾਹਿਗੁਰੂ ਬੋਲ ਰਹੇ ਨੇ ਤੇ ਔਰ ਛੋਟੀ ਬੱਚੀ ਮੈਨੂੰ ਲੱਗਦਾ ਮਹਿਜ਼ 8 ਜਾਂ 9 ਮਹੀਨੇ ਦੀ ਹੋਣੀ ਆ ਉਸ ਬੱਚੀ ਨੇ ਉਹਨਾਂ ਦੀ ਤਰ੍ਹਾਂ ਹੀ ਰਿਸਪੌਂਸ ਕੀਤਾ ਵਾਹਿਗੁਰੂ ਦਾ ਤੇ ਉਹ ਮਤਲਬ ਜਦੋਂ ਸਵੇਰੇ ਹੀ ਉਹ ਵੀਡੀਓ ਦੇਖੀ ਤੇ ਰੂਹ ਇੰਨੀ ਖੁਸ਼ ਹੋਈ ਕਿ ਜੀ ਕਰੀ ਉਸ ਵੀਡੀਓ ਨੂੰ ਵਾਰ ਵਾਰ ਵੇਖੀਏ ਇੰਨਾ ਸ਼ੇਅਰ ਇੰਨਾ ਸੋਸ਼ਲ ਮੀਡੀਆ ਦੇ ਉੱਤੇ ਉਹ ਵੀਡੀਓ ਜਿਹੜੀ ਅੱਗੇ ਅੱਗੇ ਤੱਕ ਜਿਹੜੀ ਵਾਇਰਲ ਹੋਈ ਹੈ ਤੇ ਇਹੋ ਜਿਹੀਆਂ ਚੀਜ਼ਾਂ ਨੂੰ ਤਾਂ ਵਾਇਰਲ ਕਰਨਾ ਉਸ ਨੂੰ ਤੇ ਤੁਸੀਂ ਭਾਵੇਂ ਆਪਦੀ ਸਟੋਰੀ ਪਾਓ ਉਸ ਨੂੰ ਆਪਣੇ ਫੇਸਬੁੱਕ ਦੇ ਉੱਤੇ ਸ਼ੇਅਰ ਕਰੋ ਉਹ ਇੱਕ ਚੰਗੇ ਸੁਨੇਹੇ ਹੁੰਦੇ ਨੇ ਅਸੀਂ ਵੀ ਬਹੁਤ ਕੁਝ ਸਿੱਖਦੇ ਹਾਂ ਉਹਦੇ ਤੋਂ ਜਤਿੰਦਰਪਾਲ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਹਰਵਿੰਦਰ ਸਿੰਘ ਖਾਲਸਾ ਜੀ ਸਾਡੇ ਨਾਲ ਜੁੜੇ ਹੋਏ ਨੇ ਸਾਰੇ ਹੀ ਇੱਥੇ ਇਸ ਗੱਲ ਦੇ ਉੱਤੇ ਚਿੰਤਾ ਜ਼ਾਹਰ ਕਰਦੇ ਨੇ ਜਤਿੰਦਰਪਾਲ ਸਿੰਘ ਜੀ
धन्यवाद वीर जी थोड़े सारे दे सहयोग दे नाल थोड़े सारे दे साथ दे नाल बाणी चैनल अपनी सेवा कर पाउंदा थोड़े सहयोग दी थोड़े साथ दी सानू हर समय जरूरत रहेगी जिन्नी कि मेरी मत दे अनुसार मैं आपदे विचार सांझे कीते ने कमेंटा दे राही तुसी आपदी मत दे अनुसार आपदे विचार सांझे करियो दिओ इजाजत वाहिगुरु जी का खालसा वाहिगुरु जी की फतेह।